ਜਦੋਂ ਤੁਹਾਡੇ ਹਸਬੰਦ ਨੇ ਸੁਸਾਇਡ ਕਮਿਟ ਕੀਤਾ ਉਸ ਤੋਂ ਬਾਅਦ ਤੁਸੀਂ ਬੱਚੇ ਵੀ ਸਾਹਮਣੇ ਸੀਗੇ ਹਨਾ ਤੇ ਜਿੱਦਾਂ ਅਸੀਂ ਨਾਰਮਲ ਜੌਬ ਕਰਦੇ ਹਾਂ 9 ਤੋਂ 5 ਹਨਾ ਉਹਦੇ ਵਿੱਚ ਹੀ ਅਸੀਂ ਐਨੇ ਕ ਪਜ਼ਲ ਹੋ ਜਾਂਦੇ ਆ ਤੇ ਸਾਰੇ ਦਿਨ ਦੀ ਫਰਸਟ੍ਰੇਸ਼ਨ ਅਸੀਂ ਘਰ ਜਾ ਕੇ ਕੱਢਦੇ ਆ ਕਈ ਵਾਰ ਆਪਣੇ ਬੱਚਿਆਂ ਤੇ ਹਨਾ ਤੇ ਤੁਸੀਂ ਕਿਵੇਂ ਮੈਨੇਜ ਕੀਤਾ ਉਸ ਚੀਜ਼ ਨੂੰ ਕਿੱਦਾਂ ਬੈਲੈਂਸ ਕੀਤਾ ਮੈਨੂੰ ਤੇ ਦਿਲ ਦੇ ਵੀ ਫ੍ਰਸਟ੍ਰੇਸ਼ਨ ਬੱਚਿਆਂ ਤੇ ਕੱਢਣ ਵਾਲੀ ਗੱਲ ਹੀ ਹੁੰਦੀ ਨਹੀਂ ਐਕਚੁਅਲੀ ਮੈਨੂੰ ਨਹੀਂ ਪਤਾ ਵੀ ਕਿਉਂ ਕੱਢਦੇ ਆ ਬੇਸਿਕਲੀ ਕਿ ਰਾਦਰ ਜੋ ਮੇਰੀ ਜ਼ਿੰਦਗੀ 'ਚ ਹੁੰਦਾ ਸੀਗਾ ਉਸ ਦਿਨ ਹੋਇਆ 24 ਕੋਈ ਗਲਤ ਹੋਇਆ ਕੋਈ ਠੀਕ ਹੋਇਆ ਮੈਂ ਉਹਨੂੰ ਇੱਕ ਮੌਕਾ ਸਮਝਦੀ ਸੀ ਵੀ ਆਪਣੇ ਬੱਚਿਆਂ ਨੂੰ ਜਾ ਕੇ ਪੂਰਾ ਸ਼ੇਅਰ ਕਰਾਂ ਕਿ ਇਹ ਪ੍ਰੋਬਲਮ ਆਈ ਇਹ ਐਦਾਂ ਹੋਇਆ ਉਹਨਾ ਅੰਕਲ ਨੇ ਐਦਾਂ ਕੀਤਾ ਜਾਂ ਕਿਸੇ ਆਫੀਸਰ ਨੇ ਰਿਸ਼ਵਤ ਮੰਗੀ ਕੁਝ ਵੀ

ਹਨ ਉਹ ਮੇਰ ਤੋਂ ਬਿਨਾਂ ਲੈ ਤੇ ਮੈਨੂੰ ਇਦਾਂ ਲੱਗਦਾ ਵੀ ਜਦ ਤੁਸੀਂ ਬੱਚਿਆਂ ਨੂੰ ਰਦਰ ਕੋ ਮੌਕਾ ਹੁੰਦਾ ਰਦਰ ਦੇਨ ਫਰਸਟ੍ਰੇਸ਼ਨ ਵੀ ਹੈ ਮੰਨ ਲਓ ਮੈਨੂੰ ਅੱਜ ਕਿਸੇ ਨੇ ਮੈਨੂੰ ਤੰਗ ਕੀਤਾ ਰਿਸ਼ਵਤ ਮੰਗੇ ਕੁਝ ਕਰਿਆ ਮੇਰਾ ਕੰਮ ਨਹੀਂ ਹੋ ਰਿਹਾ ਮੈਂ ਜਾ ਕੇ ਕਰ ਸ਼ੇਅਰ ਕਰਦੀ ਹਾਂ ਸ਼ੇਅਰ ਕਰਨੀਆਂ ਤਾਂ ਮੇਰੀ ਫਰਸਟ੍ਰੇਸ਼ਨ ਵੈਸੀ ਨਿਕਲ ਗਈ ਰਦਰ ਦੇਨ ਮੈਂ ਸ਼ੇਅਰ ਨਾ ਕਰਾਂ ਪਰ ਵੈਸੇ ਗੁੱਸਾ ਕੱਢੀ ਜਾਵਾਂ ਕਿਉਂਕਿ ਅੰਦਰੋਂ ਅਪਸੈਟਾਂ ਤਾਂ ਅਸੀਂ ਉਹ ਤਰੀਕ ਗਲਤ ਤਰੀਕੇ ਨਾਲ ਸੋਚਦੇ ਬੇਸਿਕ ਕੱਢੀ ਆ ਤਾਂ ਰਾਦਰ ਉਹਨੂੰ ਬਹੁਤ ਪੋਜ਼ਿਟਿਵ ਤਰੀਕੇ ਨਾਲ ਕੱਢਿਆ ਜਾ ਸਕਦਾ ਹੈ ਬਾਕੀ ਜਿਹੜੀ ਮੇਰੀ ਬਹੁਤ ਐਦਾਂ ਦੀ ਹੁੰਦੀਆਂ ਵੀ ਸੀ ਮੰਨ ਲਓ ਆਮ ਵੈਰੀ ਅਪਸੈਟ ਤਾਂ ਮੈਂ ਆਪਣੀ ਪ੍ਰੇਅਰ ਚ ਕੱਢਦੇ ਸੀਗੀ ਰੱਬ ਦੇ ਸਾਹਮਣੇ ਬੈਠ ਕੇ ਪੂਰਾ ਲਗਾ ਦੇਣੀ ਧੂਨੀ ਔਰ ਕਹਿਣਾ ਵੀ ਇਹ ਗਲਤ ਹੈ ਮੈਨੂੰ ਨਹੀਂ ਪਤਾ ਮੈਨੂੰ ਇਹ ਠੀਕ ਕਰਕੇ ਦਿਓ ਬਸ ਬਹੁਤ ਹੋ ਗਿਆ ਤਾਂ ਬੱਚਿਆਂ ਦੇ ਨਹੀਂ ਕੱਢਿਆ ਕਦੀ ਬੜੀ ਟਫ ਸਿਚੁਏਸ਼ਨ ਚੋਂ ਤੁਸੀਂ ਨਿਕਲੇ ਹੋ ਤੇ ਕਿਵੇਂ ਆਪਣੇ ਆਪ ਨੂੰ ਕਿਵੇਂ ਤੁਸੀਂ ਸੋਲਿਡ ਰੱਖਿਆ ਕਿਵੇਂ ਸਟਰੋਂਗ ਬਣੇ हां ਜਿੱਦਾਂ ਮੈਂ ਦੱਸਿਆ ਕਿ ਮੇਰਾ ਬਹੁਤ ਜ਼ਿਆਦਾ ਹਾਂ ਅਧਿਆਤਮਿਕ ਦੇਵਿਲ ਰੁਝਾਨ ਸੀਗਾ ਤਾਂ ਮੇਰੇ ਜਿਹੜੇ ਗੁਰੂ ਹੈਗੇ ਆ ਮੈਂ ਉਹਨਾਂ ਨੂੰ ਬਹੁਤ ਫੋਲੋ ਕੀਤਾ ਮਤਲਬ 95 ਤੋਂ ਮੈਂ ਫੋਲੋ ਕਰ ਰਹੀ ਹਾਂ ਤਾਂ ਮੇਰਾ ਥੋੜਾ ਜਿਹਾ ਮੈਨੂੰ ਲੱਗਦਾ ਹੈ 20 ਪਹਿਲੇ ਬਣਿਆ ਹੋਇਆ ਸੀਗਾ ਆ ਮਤਲਬ ਜਿੱਦਾਂ ਕਹਿੰਦਾ ਨਾ ਇੱਕ ਰੂਟ ਜਿੱਦੀ ਅਗਰ ਜੜਾਂ ਪਹਿਲੇ ਬਹੁਤ ਸਟਰੋਂਗ ਹੋਣ ਤਾਂ ਉਹ ਜਲਦੀ ਜਲਦੀ ਆਂਦੀ ਤੂਫਾਨ ਨਾਲ ਗਿਰਦਾ ਨਹੀਂ ਹੈ। ਤਾਂ ਮੇਰੀ ਜੜਾ ਮੈਨੂੰ ਲੱਗਦਾ ਵੀ ਉਸ ਕਰਕੇ ਬਹੁਤ ਸਟਰੋਂਗ ਸੀ ਜਾਂ ਜਿਹੜਾ ਮੈਂ ਪ੍ਰੇਅਰ ਕਰਦੀ ਸੀ ਜਾਂ ਮੈਂ ਆਪਣੇ ਗੁਰੂ ਨੂੰ ਮੰਨਦੀ ਸੀ। ਤੇ ਜਿਹੜੇ ਮੇਰੇ ਗੁਰੂ ਐ ਉਹ ਹਮੇਸ਼ਾ ਇੱਕੋ ਹੀ ਗੱਲ ਤੇ ਜੋੜ ਦਿੰਦੇ ਆ। ਉਹ ਕਹਿੰਦੇ ਗਿਵ ਅਪ ਨਹੀਂ ਕਰਨਾ, ਹਿੰਮਤ ਨਹੀਂ ਹਾਰਨੀ। ਤਾਂ ਮੈਂ ਬਸ ਉਹੀ ਰੱਖਿਆ ਵੀ ਜੋ ਮਰਜ਼ੀ ਹੋ ਜਾਏ। ਮੈਂ ਬਹੁਤ ਉਸ ਟਾਈਮ ਕੀ ਕਰਦੀ ਸੀ ਮੈਨੂੰ ਐਦਾ ਲੱਗ ਰਿਹਾ ਵੀ ਮੈਨੂੰ ਕਿਸੇ ਨੇ ਸਮੁੰਦਰ ਛਿੱਟਦਾ, ਨਾ ਤਾਂ ਮੈਨੂੰ ਤੈਰਨਾ ਆਂਦਾ। ਨਾ ਮੈਨੂੰ ਕੋਈ ਕਿਨਾਰਾ ਦਿਖ ਰਿਹਾ ਤੇ ਹਨੇਰਾ ਹੀ ਹਨੇਰਾ ਚਾਰੇ ਪਾਸੇ ਔਰ ਮੈਂ ਡੁੱਬ ਰਹੀ ਆ ਕਿਉਂਕਿ ਮੈਨੂੰ ਤੈਰਨਾ ਨਹੀਂ ਆਉਂਦਾ ਤਾਂ ਮੈਨੂੰ ਇਹੀ ਲੱਗਦਾ ਸੀ ਬਸ ਮੇਰੇ ਗੁਰੂ ਨੇ ਕਿਹਾ ਬਸ ਹੱਥ-ਪੈਰ ਮਾਰੀ ਜਾ ਦੇਖ ਹੀ ਜਾਏਗੀ ਨਾ ਤਾਂ ਮੈਂ ਹੱਥ-ਪੈਰ ਮਾਰ ਰਹੀ ਸੀ ਐਨਜ ਮੈਨੂੰ ਲੱਗਦਾ ਵੀ ਥੋੜੀ ਰੋਸ਼ਨੀ ਹੋਈ ਔਰ ਥੋੜਾ ਮੈਨੂੰ ਕਿਨਾਰਾ ਦਿਖਣ ਲੱਗਿਆ ਤੇ ਮੈਂ ਮੈਨੂੰ ਕਈ ਵਾਰ ਐਦਾ ਲੱਗਦਾ ਵੀ ਗੁਰੂ ਮਹਾਰਾਜ ਨੇ ਜਾਂ ਰੱਬ ਨੇ ਜੋ ਵੀ ਉਹ نیچے ਕੋਈ ਲੋਟਸ ਲਿਆ ਕੇ ਰੱਖਤਾ ਵੀ ਉਸਤੇ ਪੈਰ ਕੋਈ ਗੱਲ ਨਹੀਂ ਇਹਨੇ ਕਿ ਨਾਰਾਜ ਹੋਗਾ ਤਾਂ ਮਤਲਬ ਮੈਨੂੰ ਇੱਕ ਬੜਾ ਹੌਂਸਲਾ ਰਹਿੰਦਾ ਸੀ ਵੀ ਚੰਗੇ ਕਰਮ ਕਰੋ ਤਾਂ ਰੱਬ ਆਪੇ ਸਾਥ ਦਿੰਦਾ ਤੇ ਮੈਂ ਚੰਗੇ ਕਰਮਾਂ 'ਚ ਬਹੁਤ ਬਲੀਵ ਕਰਦਾ ਤੇ ਗੁਰੂ ਦੀ ਸਿੱਖਿਆ 'ਚ ਤਾਂ ਮੈਨੂੰ ਲੱਗਦਾ ਬਸ ਹੌਲੀ-ਹੌਲੀ ਰਸਤਾ ਬੰਦਾ ਗਿਆ ਹਿੰਮਤ ਆਂਦੀ ਗਈ ਮਤਲਬ ਹਾਰ ਨਹੀਂ ਮੰਨੀ ਇਹ ਮੇਰਾ ਬਹੁਤ ਜ਼ਿਆਦਾ ਸੀਗਾ ਮੈਂ ਹਰ ਰੋਜ਼ ਸਵੇਰੇ ਆਪਣੇ ਆਪ ਨੂੰ ਇਹ ਕਹਿ ਕੇ ਚੱਲਦੀ ਸੀ ਟੂਡੇ ਅਗੇਨ ਆਈ ਸ਼ਲ ਨਾਟ ਬੀ ਡਿਫੀਟਡ ਮਤਲਬ ਅੱਜ ਵੀ ਮੈਂ ਹਾਰ ਨਹੀਂ ਮੰਨ ਲੂੰਗੀ ਜੋ ਮਰਜ਼ੀ ਹੋ ਜਾਏ ਤਾਂ ਬਸ ਇਹ ਸੋਚ ਕੇ ਸਵੇਰੇ ਘਰੋਂ ਨਿਕਲਣਾ ਮੈਨੂੰ ਪਤਾ ਸੀ ਮੈਦਾਨੇ ਜੰਗ 'ਚ ਜਾ ਰਹੀਆਂ ਕਿਉਂਕਿ ਜਦੋਂ ਮੈਂ ਆਫਿਸ ਪੌਂਦੀ ਸੀ ਹਰ ਰੋਜ਼ ਇੱਕ ਨਵਾਂ ਲੀਗਲ ਨੋਟਿਸ ਮੇਰੀ ਟੇਬਲ ਤੇ ਹੁੰਦਾ ਸੀਗਾ ਹਾਂ ਕੋਈ ਨਾ ਕੋਈ 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 ਕਲਾਈਂਟ ਨਹੀਂ ਦਿੱਤਾ ਕਿਸੇ ਹੋਰ ਨੇ ਦਿੱਤਾ ਬਹੁਤ ਲੋਕ ਐਦਾ ਪਿੱਛੇ ਪਏ ਹੋਏ ਸੀ ਕਿ ਵੀ ਉਹਨਾਂ ਨੂੰ ਲੱਗਦਾ ਸੀ ਵੀ ਇਹ ਤਾਂ ਬਿਲਾਂ ਨਾਰੀ ਹੈ ਹਾਂ ਹੁਣੇ ਜਿਹੜੀ ਪ੍ਰਾਪਰਟੀ ਦਾ ਕੰਮ ਹੈ ਜਾਂ ਜੋ ਵੀ ਸਾਡੀ ਫੈਕਟਰੀ ਸੀ ਵੀ ਇਹ ਤਾਂ ਸੰਭਾਲ ਨਹੀਂ ਸਕਦੀ ਤਾਂ ਕੁਝ ਦਾ ਡਾਇਰੈਕਟ ਇੰਡਾਇਰੈਕਟ ਰਿਸ਼ਤੇਦਾਰ ਦੋਸਤ ਉਹਨਾਂ ਨੂੰ ਲੱਗਦਾ ਸੀ ਵੀ ਹੁਣੇ ਸਾਡੇ ਤੇ ਡਿਪੈਂਡ ਕਰੇਗੀ ਸਾਨੂੰ ਪੁੱਛੇਗੀ ਤਾਂ ਅਸੀਂ ਸੰਭਾਲਾਂਗੇ ਤੋ ਉਹ ਹੋਰ ਤੰਗ ਕਰਨ ਲੱਗੇ ਕੋਈ ਡਿਪਾਰਟਮੈਂਟ ਤੋਂ ਕੁਝ ਕਰਵਾਤਾ ਕੋਈ ਕਰਵਾਤਾ ਤਾਂਕਿ ਉਹਨਾਂ ਨੇ ਵੀ ਫ੍ਰਸਟ੍ਰੇਟ ਹੋ ਕੇ ਸਾਡੇ ਕੋਲ ਆਏ ਤਾਂ ਅਸੀਂ ਕਹੀ ਵੀ ਕੋਈ ਨਾ ਅਸੀਂ ਸਾਮ ਲੈਨੇ ਯੂ نو ਅਸੀਂ ਕਰਵਾ ਦਾਂਗੇ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਮੈਂ ਮੌਕਾ ਨਹੀਂ ਦਿੱਤਾ ਮੈਂ ਆਪਣੇ ਆਪ ਹੀ ਜੰਗ ਲੜੀ